ਹੁਣ ਮੈਂ ਬੇਨਤੀ ਕਰਾਂਗਾ ਕਿ ਆਪਾਂ ਬਹੁਤ ਤੇਜ਼ੀ ਦੇ ਨਾਲ ਜਿਹੜਾ ਸਮਾਪਤੀ ਦੇ ਵੱਲ ਵਧਣਾ ਹੈ। ਹੁਣ ਆਪ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਵਿਚਾਰਾਂ ਦੀ ਸਾਂਝ ਕਰਨਗੇ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ, ਐਡਵੋਕੇਟ, ਸੰਪਾਦਕ ਸੰਤ ਸਿਪਾਹੀ ਮੈਗਜ਼ੀਨ, ਕਿ ਉਹ ਲੰਮੇ ਸਮੇਂ ਤੋਂ ਇਹ ਸਾਰੇ ਟੀਮ ਦੇ ਨਾਲ ਸਾਰੀਆਂ ਵਿਚਾਰਾਂ ਦੇ ਨਾਲ ਜੁੜੇ ਰਹੇ ਨੇ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਇਹਨਾਂ ਇਕੱਲੇ ਰਹਿ ਜਾਈਏ, ਇਸ ਕਰਕੇ ਜਿਹੜਾ ਉਹ ਸਮੇਂ ਦਾ ਖਾਸ ਖਿਆਲ ਰੱਖਿਆ ਜਾਵੇ। ਪਰਮ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਨੰਦਗੜ੍ਹ ਜੀ, ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ, ਬਾਬਾ ਹਰਨਾਮ ਸਿੰਘ ਜੀ, ਹੋਰ ਮਹਾਂਪੁਰਸ਼ ਅਤੇ ਗੁਰੂ ਰੂਪ ਸਾਧ ਸੰਗਤ ਜੀ, ਮਹਾਰਾਜ ਦੀ ਬਖਸ਼ੀ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਕੁ ਸਾਲ ਪਹਿਲਾਂ ਇਸੇ ਸ਼ਹਿਰ ਦੇ ਵਿੱਚੋਂ ਇੱਕ ਸੰਸਥਾ ਨੇ ਕੁਝ ਲੇਖ ਲਿਖੇ, ਕੁਝ ਕਿਤਾਬਚੇ ਛਪਵਾਏ। ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਲਫ਼ਜ਼ ਸਨ, ਉਹ ਸਿੱਧੇ ਹੀ ਗੁਰੂ ਨਿੰਦਾ ਵਾਲੇ ਸਨ। ਗੱਲ ਸੈਮੀਨਾਰ ਦੀ ਨਹੀਂ ਹੈ, ਗੱਲ ਇਹਨਾਂ ਨੂੰ ਵਿਵਾਦ ਦਾ ਵਿਸ਼ਾ ਬਣਾਉਣ ਦੀ ਨਹੀਂ ਹੈ, ਗੱਲ ਸਿਰਫ ਚੇਤਨਤਾ ਪੈਦਾ ਕਰਨ ਦੀ ਹੈ ਕਿ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਗਿਆਨੀ ਮਾਨ ਸਿੰਘ ਚੌਰ ਬੜੇ ਅੱਛੇ ਕਥਾਵਾਚਕ ਸਨ। ਉਹ ਇੱਕ ਵਾਰ ਅਲੀਗੜ੍ਹ ਦੇ ਵਿੱਚ ਕਥਾ ਕਰਨ ਲੱਗੇ ਤਾਂ ਕਾਫੀ ਮੁਸਲਮਾਨ ਉੱਥੇ ਹਾਜ਼ਰੀ ਭਰ ਰਹੇ ਸਨ, ਤਾਂ ਗਿਆਨੀ ਮਾਨ ਸਿੰਘ ਚੌਰ ਨੇ ਕੁਰਾਨ ਦੀ ਇੱਕ ਆਇਤ ਪੜ੍ਹੀ। ਜਦੋਂ ਆਇਤ ਪੜ੍ਹੀ ਤਾਂ ਇੱਕ ਮੌਲਵੀ ਖੜਾ ਹੋ ਗਿਆ, ਕਹਿਣ ਲੱਗਾ, ਸਰਦਾਰ ਸਾਹਿਬ ਕੁਰਾਨ ਗਲਤ ਮਤ ਬਕੇ। ਚੁੱਪ ਚਾਂ ਛਾ ਗਈ। ਗਿਆਨੀ ਜੀ ਨੇ ਉਹੀ ਆਇਤ ਦੁਬਾਰਾ ਮੁੜ ਕੇ ਪੜ੍ਹੀ ਔਰ ਇਸ ਵਾਰ ਸਹੀ ਪੜ੍ਹ ਦਿੱਤੀ, ਤਾਂ ਉਹ ਫਿਰ ਖੜਾ ਹੋ ਗਿਆ। ਕਹਿਣ ਲੱਗਾ, ਇਸ ਕਾ ਮਤਲਬ ਆਪਕੋ ਸਹੀ ਆਇਤ ਆਤੀ ਥੀ, ਆਪਨੇ ਜਾਣ ਬੂਝ ਕਰ ਗਲਤ ਆਇਤ ਪੜ੍ਹੀ ਹੈ। ਗਿਆਨੀ ਜੀ ਕਹਿਣ ਲੱਗੇ, ਹਾਂ ਮੈਨੂੰ ਸਹੀ ਆਉਂਦੀ ਸੀ, ਮੈਂ ਜਾਣ ਬੁੱਝ ਕੇ ਗਲਤ ਪੜ੍ਹੀ ਹੈ। ਕਹਿਣ ਲੱਗਾ, ਆਪਣੇ ਗਲਤ ਕਿਉਂ ਪੜ੍ਹੀ, ਗਲਤ ਕਿਉਂ ਬਕੀ? ਗਿਆਨੀ ਜੀ ਕਹਿਣ ਲੱਗੇ, ਮੈਂ ਚੈੱਕ ਕਰ ਰਿਹਾ ਸੀ ਕੰਨਾਂ ਵਾਲੇ ਬੈਠੇ ਹੈ ਕਿ ਬਗੈਰ ਕੰਨਾਂ ਵਾਲੇ ਬੈਠੇ ਹੈ। ਸੋ ਅੱਜ ਤੱਕ ਇਹ ਜਿਤਨਾ ਕੂੜ ਪ੍ਰਚਾਰ ਕਰਦੇ ਰਹੇ ਹੈ, ਸ਼ਾਇਦ ਇਹਨਾਂ ਨੂੰ ਇਹ ਭੁਲੇਖਾ ਪਰਪੱਕ ਹੋ ਗਿਆ ਹੈ ਕਿ ਹੁਣ ਕੌਮ ਦੇ ਵਿੱਚ ਕੰਨਾਂ ਵਾਲੇ ਕੋਈ ਵੀ ਨਹੀਂ ਹਨ। ਇਹ ਹੁਣ ਦੱਸਣ ਦੀ ਲੋੜ ਹੈ ਕਿ ਅਸੀਂ ਹੁਣ ਗੱਲ ਸੁਣ ਲਈ ਹੈ ਔਰ ਉਸਦਾ ਜਵਾਬ ਕਿਸ ਤਰ੍ਹਾਂ ਦੇਣਾ ਹੈ। ਮੈਂ ਵਿਸਥਾਰ ਵਿੱਚ ਨਾ ਜਾਵਾਂ, ਬੜੇ ਮੁੱਢਲੇ ਨੁਕਤੇ ਇੱਕ ਦੋ ਆਪ ਨਾਲ ਸਾਂਝੇ ਕਰਾਂਗਾ ਕਿ ਸਿੱਖ ਰਹਿਤ ਮਰਿਆਦਾ ਦੀ ਜਿਹੜੀ ਬੁਨਿਆਦ ਹੈ ਉਸ ਦੇ ਵਿੱਚ ਸਪਸ਼ਟ ਅੰਕਿਤ ਹੈ ਕਿ ਸਿੱਖ ਲਈ ਕੀ ਜ਼ਰੂਰੀ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਦਸਾਂ ਪਾਤਸ਼ਾਹੀਆਂ ਦੇ ਉੱਤੇ ਇਤਕਾਦ ਰੱਖੇ, ਗੁਰੂ ਗ੍ਰੰਥ ਸਾਹਿਬ ਅਤੇ ਦਸਾਂ ਪਾਤਸ਼ਾਹੀਆਂ ਦੀ ਬਾਣੀ ਨੂੰ ਆਪਣਾ ਇਸ਼ਟ ਔਰ ਮੁਕਤੀਦਾਤਾ ਮੰਨੇ। ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਨਹੀਂ ਹੈ, ਦਸਾਂ ਪਾਤਸ਼ਾਹੀਆਂ ਦੀ ਬਾਣੀ ਦਾ ਹੈ। ਬਿਨਾਂ ਦਸਾਂ ਪਾਤਸ਼ਾਹੀਆਂ ਦੇ ਬਾਣੀ ਦੇ, ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਾ ਕਿਸੇ ਨੂੰ ਸਿੱਖ ਬਣਾਇਆ ਜਾ ਸਕਦਾ ਹੈ, ਨਾ ਕਿਸੇ ਨੂੰ ਸਿੱਖ ਕਾਇਮ ਰੱਖਿਆ ਜਾ ਸਕਦਾ ਹੈ। ਭਾਵੇਂ ਉਹ ਨਿਤਨੇਮ ਦੀ ਬਾਣੀ ਹੋਏ, ਭਾਵੇਂ ਉਹ ਅੰਮ੍ਰਿਤ ਸੰਚਾਰ ਦੀ ਬਾਣੀ ਹੋਏ, ਬਾਕੀ ਇਹ ਜਿਹੜੇ ਗੁਰੂ ਨਿੰਦਕ ਹਨ ਇਹਨਾਂ ਦੇ ਬਾਰੇ ਤਾਂ ਦਸਮ ਪਿਤਾ ਨੇ ਖੁਦ ਹੀ ਫੈਸਲਾ ਦਿੱਤਾ ਹੈ, ਅੰਤ ਬਹੁ ਬਰਪਾਨ ਜੋ ਮਤ ਆਪ ਹੀ ਮਿਟ ਜਾਹੇਂਗੇ। ਤੁਸੀਂ ਹੌਲੇ ਹੌਲੇ ਦੇਖੋ, ਪੰਥਕ ਸ਼ਕਤੀ ਦਾ ਪ੍ਰਗਟਾਵਾ ਹੁੰਦਿਆਂ ਜਿਸ ਤਰ੍ਹਾਂ ਕਿਸੇ ਵੇਲੇ ਮਸੰਦ ਲਫ਼ਜ਼ ਸੀ, ਕਿਸੇ ਵੇਲੇ ਮਹੰਤ ਲਫ਼ਜ਼ ਸੀ, ਹੁਣ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਹੈ ਕਿ ਮਿਸ਼ਨਰੀ ਲਫ਼ਜ਼ ਵੀ ਉਸੇ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ। ਇਹ ਪੰਥਕ ਸ਼ਕਤੀ ਦਾ ਹੀ ਪ੍ਰਗਟਾਵਾ ਹੈ। ਇਹਨਾਂ ਦਿਨਾਂ ਨੂੰ ਮਨਾਉਣ ਦਾ ਇੱਕ ਮਕਸਦ ਹੈ। ਰਹਿ ਗਈ ਗੱਲ, ਇਹ ਜ਼ਰੂਰ ਆਪਣੇ ਨਿਰਣਾ ਕਰਨਾ ਹੈ ਕਿ ਇਹਨਾਂ ਦੇ ਨਾਲ ਨਿਬੜਨਾ ਕਿੱਦਾਂ ਹੈ, ਇਸ ਦਾ ਜਵਾਬ ਕਿੱਦਾਂ ਦੇਣਾ ਹੈ। ਸਾਡੇ ਕੋਲ ਇੱਕ
ਕੰਮ ਕਰਦਾ ਸੀ, ਬਿਲਕੁਲ ਅਨਪੜ੍ਹ ਸੀ। ਜਦੋਂ ਉਸਨੇ ਗੱਲ ਕਰਨੀ ਉਹਨੇ ਕਹਿਣਾ ਵਿੱਦਿਆ ਕਸਮ। ਜਿਹੜਾ ਆਪ ਅਨਪੜ੍ਹ ਹੈ ਉਹ ਵਿੱਦਿਆ ਕਸਮ ਨਾਲ ਉਹਨੂੰ ਕੀ ਫਰਕ ਪੈਂਦਾ ਹੈ। ਇਹਨਾਂ ਬੰਦਿਆਂ ਨੂੰ ਧਰਮ ਦੀ ਗੱਲ ਕਹਿਣੀ, ਧਰਮ ਦਾ ਵਾਸਤਾ ਦੇਣਾ ਕੋਈ ਫਾਇਦਾ ਨਹੀਂ ਹੋਏਗਾ, ਕਿਉਂਕਿ ਜਿਸ ਬੰਦੇ ਨੂੰ ਉਸਦਾ ਇਤਕਾਦ ਨਹੀਂ ਹੈ, ਉਸ 'ਤੇ ਵਿਸ਼ਵਾਸ ਨਹੀਂ ਹੈ, ਉਸ ਗੱਲ ਦੀ ਗੱਲ ਹੀ ਕਰਨੀ ਫਜ਼ੂਲ ਹੈ। ਕਿਸੇ ਨੇ ਬਹੁਤ ਸੋਹਣਾ ਕਿਹਾ, ਲਬੋਂ ਪੇ ਰੰਗ ਉਲਫਤ ਕੇ ਭਰੇ ਹੈ ਦਿਲ ਕਦੂਰਤ ਸੇ, ਖੁਦਾ ਕੀ ਬਾਤ ਕਰਤੇ ਹੋ ਖੁਦਾ ਸੇ ਕੌਣ ਡਰਤਾ ਹੈ। ਜਿਸ ਬੰਦੇ ਨੂੰ ਰੱਬ ਦਾ ਡਰ ਨਾ ਹੋਏ, ਉਸਨੂੰ ਤੁਸੀਂ ਰੱਬ ਦੀ ਗੱਲ ਨਾਲ ਕਿੱਦਾਂ ਸਮਝਾ ਲਓਗੇ, ਕਿੱਦਾਂ ਕਾਇਲ ਕਰੋਗੇ। ਜੇ ਅਕਾਲ ਪੁਰਖ ਨੇ ਵੀ ਹਰਨਾਕਸ਼ ਨੂੰ ਸਮਝਾਉਣਾ ਸੀ ਤਾਂ ਨਰਸਿੰਘ ਦਾ ਰੂਪ ਉਸਨੇ ਧਾਰਨ ਕੀਤਾ। ਇਹ ਜੋ ਲੋਕ ਹਨ, ਜਾਂ ਤਾਂ ਉਹ ਸਿੱਧੀ ਬੋਲੀ ਸਮਝਦੇ ਹਨ, ਅਤੇ ਜਾਂ ਦੂਸਰੀ ਗੱਲ ਹੈ, ਇਹਨਾਂ ਨੂੰ ਡਰ ਕੇਵਲ ਕਾਨੂੰਨ ਦਾ ਹੈ। ਤਸੱਲੀ ਦੀ ਗੱਲ ਹੈ, ਜਿਹੜੀ 5-6 ਸਾਲ ਪਹਿਲੇ ਇਹ ਗੱਲ ਸ਼ੁਰੂ ਹੋਈ, ਬਾਬਾ ਜੀ ਨੇ ਨਿਰਣਾ ਲਿਆ ਕਿ ਇਹਨਾਂ ਨੂੰ ਦੋਨੋਂ ਤਰੀਕਿਆਂ ਦੇ ਨਾਲ ਹੀ ਸਮਝਾਇਆ ਜਾਏਗਾ। ਜਿਹਨਾਂ ਵਿਅਕਤੀਆਂ ਨੇ ਸਿੱਧੀ ਗੁਰੂ ਨਿੰਦਾ ਕੀਤੀ ਹੈ, ਉਹਨਾਂ ਨੂੰ ਉਸੇ ਢੰਗ ਦੇ ਨਾਲ, ਉਹਨਾਂ ਦੇ ਉੱਤੇ ਦੂਸਰੀ ਚਾਰਾਜੋਈ ਦੇ ਨਾਲ ਨਾਲ ਉਹਨਾਂ ਨੂੰ ਕਾਨੂੰਨੀ ਚਾਰਾਜੋਈ ਵੀ ਕੀਤੀ ਜਾਏਗੀ। ਕਿਉਂਕਿ ਮੂਰਖ ਨੂੰ ਸਮਝਾਉਣਾ ਆਸਾਨ ਹੈ, ਸਿਆਣੇ ਨੂੰ ਆਸਾਨੀ ਨਾਲ ਸਮਝਾਇਆ ਜਾ ਸਕਦਾ ਹੈ, ਪਰ ਜਿਹੜਾ ਵਿਅਕਤੀ ਮੂਰਖ ਵੀ ਨਹੀਂ ਹੈ, ਸਿਆਣਾ ਵੀ ਨਹੀਂ ਹੈ, ਉਸ ਨੂੰ ਸਮਝਾਇਆ ਨਹੀਂ ਜਾ ਸਕਦਾ, ਉਸ ਨੂੰ ਕੇਵਲ ਸਿੱਧੇ ਰਸਤੇ ਪਾਇਆ ਜਾ ਸਕਦਾ ਹੈ। ਮੈਨੂੰ ਗੱਲ ਯਾਦ ਆਉਂਦੀ ਹੈ, ਮੇਰੇ ਇੱਕ ਮਿੱਤਰ ਨੂੰ ਕਿਸੇ ਨੇ ਕਿਹਾ ਸੀ ਕਿ ਮੈਂ ਤੁਹਾਨੂੰ ਸਿੱਖਾਂ ਬਾਰੇ ਕੋਈ ਇੱਕ ਮਜ਼ਾਕ ਦੀ ਗੱਲ ਸੁਣਾਵਾਂ, ਕੋਈ ਤੁਹਾਨੂੰ ਜੋਕ ਸੁਣਾਵਾਂ, ਤੁਸੀਂ ਬੁਰਾ ਤਾਂ ਨਹੀਂ ਮੰਨੋਗੇ। ਉਸਨੇ ਕਿਹਾ, ਨਹੀਂ ਬੁਰਾ ਤਾਂ ਨਹੀਂ ਮੰਨਾਂਗਾ, ਪਰ ਉਸਦੇ ਬਾਅਦ ਮੈਂ ਤੈਨੂੰ ਕੁੱਟਾਂਗਾ ਕਿ ਨਹੀਂ ਕੁੱਟਾਂਗਾ, ਇਹ ਮੈਂ ਗਰੰਟੀ ਨਹੀਂ ਦੇ ਸਕਦਾ। ਸੋ ਇਹ ਸੁਨੇਹਾ ਬੜੇ ਸਪਸ਼ਟ ਤੌਰ ਦੇ ਉੱਤੇ ਜਾਣ ਦੀ ਲੋੜ ਹੈ ਕਿ ਗੁਰੂ ਨਿੰਦਾ, ਗੁਰਬਾਣੀ, ਉਹ ਦਸਾਂ ਪਾਤਸ਼ਾਹਾਂ ਦੀ ਬਾਣੀ ਗੁਰਬਾਣੀ ਹੈ। ਗੁਰਬਾਣੀ ਦੇ ਬਾਰੇ ਕੋਈ ਵੀ ਨਿੰਦਾ ਜੋ ਹੈ ਹੁਣ ਉਹ ਬਰਦਾਸ਼ਤ ਨਹੀਂ ਕੀਤੀ ਜਾਏਗੀ। ਔਰ ਕੱਲ੍ਹ ਦੀ ਹੀ ਗੱਲ ਹੈ, ਕਿਉਂਕਿ ਇੱਕ ਲਹਿਰ ਜਿਹੜੀ 5-6 ਸਾਲ ਪਹਿਲੇ ਸ਼ੁਰੂ ਹੋਈ, ਕੱਲ੍ਹ ਦੀ ਹੀ ਅਖਬਾਰ ਵਿੱਚ ਹੈ, 3 ਮਿਸ਼ਨਰੀ ਇਕੱਠੇ ਹੀ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕਰਕੇ ਸਿੰਘ ਸਾਹਿਬ ਦੇ ਹਵਾਲੇ ਕੀਤੇ ਹਨ ਕਿ ਇਹਨਾਂ ਦੇ ਉੱਤੇ ਯੋਗ ਕਾਰਵਾਈ ਕਰਨ। ਇੰਦਰ ਸਿੰਘ ਘੱਗਾ, ਸੁਰਜੀਤ ਸਿੰਘ ਮਿਸ਼ਨਰੀ, ਔਰ ਜਿਹੜਾ ਮਹਿੰਦਰ ਸਿੰਘ ਜੋਸ਼, ਜਿਸਨੇ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਲਫ਼ਜ਼ ਕੰਜਰ ਬਾਣੀ ਲਿਖਿਆ ਹੈ। ਸੋ ਹੁਣ ਇਹਨਾਂ ਪੰਥਕ ਰਵਾਇਤਾਂ ਦੇ ਮੁਤਾਬਕ, ਇਹਨਾਂ ਦੇ ਨਾਲ ਜਿਹੜਾ ਫੈਸਲਾ ਸਿੰਘ ਸਾਹਿਬਾਨ ਕਰਨ, ਜੋ ਪੰਥਕ ਤੌਰ ਦੇ ਉੱਤੇ ਕਰਨ, ਔਰ ਇਸ ਗੱਲ ਦੀ ਵੀ ਬਹੁਤ ਜ਼ਿਆਦਾ ਲੋੜ ਹੈ ਕਿ ਸਪਸ਼ਟ ਤੌਰ ਦੇ ਉੱਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ, ਕਿ ਜਿਸ ਤਰ੍ਹਾਂ ਸਿੰਘ ਸਾਹਿਬ ਵੀ ਦੱਸ ਰਹੇ ਸਨ ਕਿ ਇਹ ਕੋਈ ਵਿਵਾਦ ਦਾ ਵਿਸ਼ਾ ਨਹੀਂ ਹੈ, ਕੁਰਾਨ ਦੇ ਉੱਤੇ ਵਿਵਾਦ ਨਹੀਂ ਹੈ, ਕਿਸੇ ਹੋਰ ਚੀਜ਼ ਦੇ ਉੱਤੇ ਵਿਵਾਦ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਦੇ ਉੱਤੇ ਵੀ ਰਿਸਰਚ ਬੰਦ ਹੋਏ, ਸਾਨੂੰ ਪ੍ਰਚਾਰ ਪ੍ਰਸਾਰ ਦੀ ਲੋੜ ਤਾਂ ਹੈ। ਔਰ ਨਾਲ ਹੀ ਜਿਹੜਾ ਮਕਸਦ, ਜਿਹੜੀ ਗੱਲ ਇਹ ਕੀਤੀ ਗਈ ਹੈ ਫਤਿਹ ਦਿਵਸ ਮਨਾਉਣ ਦੀ, ਅਸੀਂ ਦਸਮ ਪਾਤਸ਼ਾਹ ਦੀ ਬਾਣੀ ਦੀ ਗੱਲ ਕਰਦਿਆਂ ਕਰਦਿਆਂ ਉਹ ਜਿਹੜਾ ਫਤਿਹ ਦਿਵਸ ਹੈ ਉਸਦਾ ਪੈਗਾਮ ਜ਼ਰੂਰ ਦਈਏ ਸਾਰੀ ਸੰਗਤ ਨੂੰ, ਗੈਰ ਸਿੱਖਾਂ ਨੂੰ, ਇਹ ਫਤਿਹ ਦਿਵਸ ਦਾ ਪੈਗਾਮ। ਫਤਿਹ ਦਿਵਸ, ਫਤਿਹਨਾਮਾ, ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਨਾਂ ਹਾਲਾਤ ਦੇ ਵਿੱਚ ਲਿਖਿਆ, ਜਿਸ ਤਰ੍ਹਾਂ ਕਿਸੇ ਨੇ ਬਹੁਤ ਸੁੰਦਰ ਜ਼ਿਕਰ ਕੀਤਾ ਸੀ ਕਿ ਕੀ ਹਾਲਾਤ ਸਨ, ਸਰਹੰਦ 'ਚੋਂ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ, ਦੋਵੇਂ ਸ਼ਹੀਦ ਹੋ ਗਏ, ਨੇ ਨੌ ਨਿਹਾਲ ਟੁਰ ਗਏ, ਸੂਬੇ ਨੇ ਕੰਧ ਅੰਦਰ ਦੋਵੇਂ ਨਪੀੜ ਦਿੱਤੇ, ਕੋਮਲ ਸਰੀਰ ਇੱਟਾਂ ਦੇ ਵਿੱਚ ਪੀੜ ਦਿੱਤੇ। ਸੁਣ ਕੇ ਇਹ ਗੱਲ ਸਾਰੀ ਉਹ ਮੁਸਕੁਰਾ ਕੇ ਉੱਠਿਆ, ਉਸ ਬਾਦਸ਼ਾਹ ਨੇ ਨੂਰੇ ਦੇ ਕੋਲ ਆ ਕੇ ਪੁੱਛਿਆ, ਤੂੰ ਰੂਬਰੂ ਸੈਂ ਉੱਥੇ, ਕੋਈ ਗੱਲ ਨਾ ਲੁਕਾਈ ਅਤੇ ਸਾਫ਼ ਸਾਫ਼ ਦੱਸੀ, ਕੋਈ ਕਹਿਰ ਨਾ ਕਮਾਈ, ਕੋਈ ਹਿੰਜ 'ਤੇ ਨਾ ਕੇਰੀ, ਕੋਈ ਆਹ 'ਤੇ ਨਾ ਕੱਢੀ, ਲਾਲਾਂ ਨੇ ਕਿਧਰੇ ਉੱਚੀ, ਕੋਈ ਸਾਹ 'ਤੇ ਨਾ ਕੱਢੀ, ਤੇਸੀ ਦੇ ਨਾਲ ਲੱਗੀ ਜਦ ਸੱਠ ਸੀ ਕਰਾਰੀ, ਮੇਰੇ ਫਤਿਹ ਨੇ ਉੱਚੀ ਕੋਈ ਚੀਖ 'ਤੇ ਨਾ ਮਾਰੀ, ਇਹ ਕਹਿਣ ਦਾ ਵੀ ਅੰਦਾਜ਼ ਵੱਖਰਾ ਸੀ, ਜੋ ਉਸ ਨੇ ਵਜਾਇਆ ਉਹ ਸਾਜ਼ ਵੱਖਰਾ ਸੀ। ਇਹਨਾਂ ਹਾਲਾਤ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਨੇ ਜ਼ਫ਼ਰਨਾਮਾ ਲਿਖਿਆ, ਪਰ ਉਸ ਵਿੱਚ ਵੀ ਗਿਲਾ ਨਹੀਂ ਸੀ। ਕਿਤਨੀ ਚੜ੍ਹਦੀ ਕਲਾ ਦਾ ਉਹਨਾਂ ਨੇ ਸਬੂਤ ਦਿੱਤਾ,
کمالِ کرامات قائم کریم رضا بخش رازق رحاکن رحیم اور اورنگزیب نو لکھ رہے ہن کہ جس دے اتے ہمان روپی پنچھی دا رب دے نا دا سایا ہو جائے تیرے ورگے کان اس دا کی وگاڑ سکدے ہن ہمارا کسے سائے آیت بزیر برو دست دارت نا جاگے دلیر تیرے ورگے کان کوئی نہیں وگاڑ سکدے جیڑی گل گرو گوبند سنگھ صاحب دی ہے اے برد بانا اے بانا اور بانی انہ دی ہے انہ نے آپ دی لاج رکھنی ہے اسی انہ دے دردے اتے ٹے پئیے اور ایک کرداس کریے جس ویلے گرو گوبند سنگھ صاحب دے کول کوئی سنسارک پدارت نہیں سی ایک بہاری کبھی انہ دے کول آیا اور جیڑی اس نے ارداس کیتی سی او کہن لگا چادر میلی سابن تھوڑا جد دیکھا تا درواں بہتے داغ لگے تن میرے میں کیڑا کیڑا توماں داغاں دی کوئی قیمت نہیں میں کیوں کر ہچھی ہوماں سری صاحب میں نو درشن دے وہ میں سچے سابن توماں آج اسی میں سری سچے پادشاہ گرداس کریے کہ تسی سانو سری صاحب دی بخشش کیتی ہے تیری بخشش تیری رحمت دے نال اسی اس کلنک نو میں تو دئیے اینا لفظاں دے نال بہت بہت تنواد واہ گرو جی کا خالصہ واہ گرو جی کی فتح بہت بہت تنواد ہے مان جو ڈاکٹر گرچرنجیت سنگھ جی لمبا جی دا